ਬੋਲੋ ਜੀ ਵਾਹਿਗੁਰੂ ਜੀ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਸਬਦ ਗੁਜਾਏ। ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ। ਦੇਖ ਕੇ ਅੰਡਿਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਤਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ। ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕਿੱਸਾ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤਿਆਵੇ ਜੇ ਤਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਇਕ ਦੇਗ ਤੇ ਫਤਿਹ। ਬਿਰਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਣੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਰਾ ਭਰੋਸਾ ਦਾਨ ਦਾਨਾ ਸਿਧਾਨ ਨਾਮ ਦਾਨ। ਸ੍ਰੀ ਅਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਜਵਾਣਿਆਂ ਦੇ ਮਾਂ ਨਿਤਾਣਿਆਂ ਕੀਤਾ ਨਿਓਟਿਆਂ ਦੀ ਓਟ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮੁਖੇ ਹਰਿ ਨਾਮ ਦੇ ਮੇਰਾ ਮਨ ਤਨ ਸ਼ਿਕਰ ਹੋਏ ਦੇ ਪਵਿੱਤਰ ਮਹਾਂਵਾਕਾਂ ਅਨੁਸਾਰ ਸਤਿਗੁਰੂ ਜੀਓ ਆਪ ਜੀ ਦੇ ਚਰਨਾਂ ਦੇ ਸੇਵਕ ਬੀਬੀ ਸੁਰਜੀਤ ਕੌਰ ਅਤੇ ਸਵਰਗ ਵਾਸੀ ਸਰਦਾਰ ਲਾਭ ਸਿੰਘ ਗਰੇਵਾਲ ਦੇ ਪੁੱਤਰੇ ਅਤੇ ਸਵਰਗ ਵਾਸੀ ਸਰਦਾਰ ਜਿੰਦਰ ਸਿੰਘ ਬੀਬੀ ਜੋਗਿੰਦਰ ਕੌਰ ਗਿੱਲ ਦੇ ਦੋਹਤਰੇ। ਇਸੇ ਤਰ੍ਹਾਂ ਸਰਦਾਰ ਗੁਰਪ੍ਰੀਤ ਸਿੰਘ ਬੀਬੀ ਰੀਤੋ ਕੌਰ ਗਰੇਵਾਲ ਦੇ ਸਪੁੱਤਰ ਕਾਕਾ ਜੁਵਰਾਜ ਸਿੰਘ ਦੇ ਜਨਮ ਹੋਣ ਤੇ ਅਤੇ ਬੱਚੀ ਗੁਰਨੂਰ ਕੌਰ ਬੱਚੀ ਨਿਮਰਤ ਕੌਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ
ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਾਰੇ ਹੀ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਰਬੀ ਬਾਣੀ ਦੇ ਕੀਰਤਨ, ਆਨੰਦ ਸਾਹਿਬ ਜੀ ਦੇ ਜਾਪ ਹੋਏ ਹਨ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਮੂਹ ਸੰਗਤ ਨੂੰ, ਪਰਿਵਾਰ ਨੂੰ, ਬੱਚਿਆਂ ਨੂੰ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਗ੍ਰਹਿ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਦੇ ਅਰੋਗਤਾ ਤੰਦਰੁਸਤੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ, ਕਾਰਜ ਰਾਸ ਕਰਨੇ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕਰਨੀ, ਕਾਕਾ ਯੁਵਰਾਜ ਸਿੰਘ, ਬੱਚੀ ਗੁਰਨੂਰ ਕੌਰ, ਬੱਚੀ ਨਿਮਰਤ ਕੌਰ ਦੇ ਸ਼ੀਸ਼ ਤੇ ਮੇਰਾ ਪ੍ਰਯਤ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ, ਦੇਸ਼ ਕੌਮ ਦੇ ਸਬੂਤ, ਵਿਦਿਆ ਦੀਆਂ ਦਾਤਾਂ, ਪੜ੍ਹਾਈ ਵਿੱਚੋਂ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਿਸ਼ ਕਰਨਾ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਦੇਸ਼ ਪ੍ਰਦੇਸ਼ ਅੰਗ ਸੰਗ ਸਹਾਈ ਹੋਣਾ, ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਭੇਟਾ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕਰਨੀ, ਸਮੂਹ ਸਾਧ ਸੰਗਤ ਅਤੇ ਸੇਵਕ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ ਕੀਰਤਨ ਦੇ ਸਤਿਕਾਰ ਵਜੋਂ ਬੇਅੰਤ ਬੇਅੰਤ ਮਾਇਆ ਹਾਜ਼ਰ ਹੋਈ ਹੈ, ਆਪ ਜੀ ਨੇ ਕਿਰਪਾ ਕਰਨੀ, ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਆਪ ਜੀ ਕੇ ਜ਼ਹੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਪਾਵਣ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਨੂੰ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ, ਕਿਤੇ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈਆ ਕਾਲ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸੰਭਲੇਂਗੇ, ਖੁਆਰ ਹੋਏ ਸੰਭਲੇਂਗੇ, ਵਾਹਿਗੁਰੂ ਸਾਹਿਬ ਜੀਓ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਉਹਾਂ ਸੱਚ ਹੋਵੇ। ਵਾਹਿਗੁਰੂ ਸਾਹਿਬ ਜੀਓ। ਸੋ ਕਹੋ ਤਾਂ
ਫਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਾਕੋ ਬਿਘਨ ਨ ਕੋ ਲਾਗੇ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਦਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਦਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ ਹੈ। ਕਾਕਾ ਜੁਵਰਾਜ ਸਿੰਘ ਦੇ ਜਨਮ ਹੋਣ 'ਤੇ ਸਾਡੀ ਇੱਕ ਮਰਿਆਦਾ ਹੈ, ਪਰੰਪਰਾ ਹੈ, ਚਾਹੇ ਬੱਚਾ ਘਰ ਵਿੱਚ ਜਨਮ ਲੈਂਦਾ ਹੈ, ਜਨਮ ਦਿਨ ਹੋਵੇ, ਆਨੰਦ ਕਾਰਜ ਹੋਵੇ, ਕੋਈ ਵੀ ਕਾਰਜ ਕਰਨਾ ਵਾਹਿਗੁਰੂ ਜੀ ਨੇ ਦਾਤ ਬਖਸ਼ਿਸ਼ ਕੀਤੀ ਹੈ ਤਾਂ ਪਹਿਲਾ ਸ਼ੁਕਰਾਨਾ ਆਪਣੇ ਮਾਲਕ ਦਾ ਕੀਤਾ ਜਾਂਦਾ ਹੈ, ਕਿਉਂਕਿ ਗੁਰਬਾਣੀ ਦਾ ਪ੍ਰਵਾਨ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ। ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਦਿੰਦੇ ਨੇ, ਵਿਸਾਰ ਦਿੰਦੇ ਨੇ, ਦਾਤ ਪਿਆਰੀ ਹੋ ਜਾਂਦੀ ਹੈ, ਦਾਤਾਂ ਦੇਣ ਵਾਲਾ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਪਰ ਜਿਨ੍ਹਾਂ ਦੀ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਉਹ ਹਮੇਸ਼ਾ ਹੀ ਦਾਤਾਂ ਦੇਣ ਵਾਲੇ ਦਾ ਸ਼ੁਕਰਾਨਾ ਕਰਦੇ ਨੇ। ਸਤਿਗੁਰੂ ਜੀ ਨੇ ਹੁਕਮਨਾਮਾ ਵੀ ਬਹੁਤ ਪਿਆਰਾ ਬਖਸ਼ਿਸ਼ ਕੀਤਾ, ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁੱਖ ਪਾਇਆ। ਸਤਿਗੁਰੂ ਜੀ ਦੀ ਸ਼ਰਨ ਪਿਆ, ਇਹਦੇ ਦਰ 'ਤੇ ਆਇਆ,
ਸਾਹਿਬ ਕਹਿੰਦੇ ਮਨੁੱਖ ਦੇ ਸਾਰੇ ਹੀ ਦੁੱਖ ਦਲਿੱਦਰ ਪਾਪ ਨਾਸ਼ ਹੁੰਦੇ ਨੇ, ਦੁੱਖ ਪਿੰਸੇ ਸੁੱਖ ਪਾਇਆ। ਵਾਹਿਗੁਰੂ ਜੀ ਸੁੱਖਾਂ ਦੇ ਨਾਲ, ਤਾਤਾਂ ਦੇ ਨਾਲ, ਖੁਸ਼ੀਆਂ ਦੇ ਨਾਲ ਸਾਡੀਆਂ ਝੋਲੀਆਂ ਭਰ ਦਿੰਦੇ ਨੇ। ਕਦੋਂ? ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਤੇ ਆਇਆ, ਜਦੋਂ ਵਾਹਿਗੁਰੂ ਜੀ ਕਿਰਪਾਲੂ ਮਿਹਰਬਾਨ ਹੋ ਜਾਂਦੇ ਨੇ, ਫਿਰ ਪੂਰੇ ਗੁਰੂ ਦੀ ਅਰਾਧਨਾ ਹੁੰਦੀ ਹੈ। ਪ੍ਰਭ ਜੀਓ ਤੋਂ ਮੇਰੋ ਸਾਹਿਬ ਦਾਤਾ ਹੈ, ਪ੍ਰਭੂ ਜੀ ਤੂੰ ਸਾਨੂੰ ਬਹੁਤ ਸਾਰੀਆਂ ਦਾਤਾਂ ਦੇਣ ਵਾਲਾ ਹੈ, ਖੁਸ਼ੀਆਂ ਦੇਣ ਵਾਲਾ ਹੈ, ਇੱਕ ਕਿਰਪਾ ਸਾਡੇ ਤੇ ਹੋਰ ਕਰ। ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ, ਸਤਿਗੁਰ ਤੇਰੇ ਨਾਮ ਰੰਗ ਵਿੱਚ ਰੰਗੀਚ ਕੇ ਅਸੀਂ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ, ਤੇਰਾ ਜਸ ਕਰਦੇ ਰਹੀਏ, ਅਖੀਰ ਤੇ ਸਹਿ ਬਖਸ਼ਿਸ਼ ਕਰਦੇ। ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਸ਼ਕ ਪੁਜਾਈ, ਜਿਹੜੇ ਜਿਹੜੇ ਮਨੁੱਖ ਨੇ ਗੁਰੂ ਦੀ ਸੇਵਾ ਕੀਤੀ ਇਹਦੇ ਦਰ ਤੇ ਆ ਗਏ, ਉਹਨੇ ਮਨ ਦੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਉਹਦੀਆਂ ਹੋ ਗਈਆਂ, ਉਹਨੇ ਸਾਰੇ ਸੁੱਖ ਪ੍ਰਾਪਤ ਕਰ ਲਏ। ਨਾਨਕ ਦਾਸ ਤਾਂ ਕਿ ਬਲਿਹਾਰੇ ਜਿਨ ਪੂਰਨ ਪੈਜ ਰਖਾਏ, ਜਿਸ ਵਾਹਿਗੁਰੂ ਜੀ ਅਕਾਲ ਪੁਰਖ ਨੇ ਸਾਡੀ ਪੂਰਨ ਤੌਰ 'ਤੇ ਇੱਜ਼ਤ ਪਦ ਰੱਖ ਲਈ, ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਵਾਹਿਗੁਰੂ ਜੀ ਨੇ ਸਾਡੇ ਪਰਦੇ ਢੱਕ ਲਏ, ਸਾਡੀ ਇੱਜ਼ਤ ਪਦ ਰੱਖੀ, ਐਸੇ ਗੁਰੂ ਤੋਂ ਅਸੀਂ ਸਦਕੇ ਜਾਂਦੇ ਹਾਂ, ਵਾਰਨੇ ਬਲਿਹਾਰਨੇ ਜਾਂਦੇ ਹਾਂ। ਵਾਹਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਬਹੁਤ ਚੰਗੀ ਗੱਲ ਹੈ ਗੁਰੂ ਪਿਆਰਿਓ। ਜਦੋਂ ਵੀ ਸਤਿਗੁਰੂ ਜੀ ਕੋਈ ਦਾਤ ਬਖਸ਼ਿਸ਼ ਕਰਦੇ ਨੇ, ਕਿਉਂਕਿ ਆਪਾਂ ਦਾਤਾਂ ਲੈਂਦੇ ਇਹਦੇ ਦਰ 'ਤੇ ਹਾਂ, ਪਹਿਲਾਂ ਦੋ ਪਿਆਰੀਆਂ ਬੱਚੀਆਂ ਦੀ ਦਾਤ ਬਖਸ਼ਿਸ਼ ਕੀਤੀ ਪਰਿਵਾਰ ਨੂੰ ਸਤਿਗੁਰੂ ਜੀ ਨੇ, ਫਿਰ ਬੇਟੇ ਦੀ ਦਾਤ ਬਖਸ਼ਿਸ਼ ਕੀਤੀ, ਭਾਵੇਂ ਕਿ ਇਹਨਾਂ ਕੰਟਰੀਆਂ ਦੇ ਵਿੱਚ ਲੜਕਾ ਹੋਵੇ ਜਾਂ ਲੜਕੀ ਹੋਵੇ, ਕੋਈ ਬਹੁਤੀ ਵਿਚਾਰ ਨਹੀਂ ਕੀਤੀ ਜਾਂਦੀ, ਫਿਰ ਵੀ ਪੁੱਤੀ ਗੰਢ ਪਵੇ ਸੰਸਾਰ, ਧੀਆਂ ਪੁੱਤਾਂ ਦੇ ਨਾਲ ਘਰ ਦੇ ਵਿੱਚ ਰੌਣਕਾਂ ਆਉਂਦੀਆਂ ਨੇ, ਪਰਿਵਾਰ ਵਿੱਚ ਵਾਧਾ ਹੁੰਦਾ ਹੈ, ਮੇਲ ਮਿਲਾਪ ਵੱਧਦਾ ਹੈ, ਇਹਨਾਂ ਦਾਤਾਂ ਦੀ ਲੋੜ ਹੁੰਦੀ ਹੈ। ਅਤੇ ਸ਼ਬਦ ਤੁਸੀਂ ਸਰਵਣ ਕੀਤਾ ਸੀ, ਜੋ ਮੰਗੇ ਠਾਕੁਰ ਆਪਣੇ ਅਤੇ ਫਿਰ ਸਾਚੇ ਸਾਹਿਬਾ ਕਿਆ ਨਹੀਂ ਕਰਦੇ। ਅਸੀਂ ਸਤਿਗੁਰੂ ਜੀ ਦੇ ਦਰ 'ਤੇ ਅਰਦਾਸ ਕਰਦੇ ਹਾਂ ਅਤੇ ਵਾਹਿਗੁਰੂ ਜੀ ਉਹ ਦਾਤ ਸਾਡੀ ਝੋਲੀ ਵਿੱਚ ਪਾ ਦਿੰਦੇ ਨੇ, ਅਤੇ ਫਿਰ ਸ਼ੁਕਰਾਨਾ ਕਿਸੇ ਹੋਰ ਥਾਂ 'ਤੇ ਜਾ ਕੇ ਨਹੀਂ, ਕਿਸੇ ਬੜੀਆਂ ਕਬਰਾਂ 'ਤੇ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਪੱਬ ਕਲੱਬ ਦੇ ਵਿੱਚ ਜਾ ਕੇ, ਕਿਉਂਕਿ ਦਾਤਾਂ ਮੰਗੀਆਂ ਇਹਦੇ ਕੋਲੋਂ ਅਤੇ ਵਾਹਿਗੁਰੂ ਜੀ ਨੇ ਫਿਰ ਉਹ ਸਾਨੂੰ ਦਾਤਾਂ ਦਿੱਤੀਆਂ, ਵੀ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕੀਤੀ, ਅਤੇ ਫਿਰ ਸ਼ੁਕਰਾਨਾ ਵੀ ਤਾਂ ਇਹਦੇ ਦਰ 'ਤੇ ਆ ਕੇ ਕਰਨਾ ਚਾਹੀਦਾ, ਔਰ ਮਾਲਕ ਦਾ ਸ਼ੁਕਰਾਨਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੀਤਾ ਗਿਆ। ਇਹ ਜਿੰਨਾ ਵੀ ਸਮਾਂ ਗੁਰੂ ਪਿਆਰਿਓ ਤੁਹਾਡਾ ਗੁਰਦੁਆਰੇ ਗੁਰੂ ਘਰ ਬਤੀਤ ਹੋਇਆ, ਅੱਜ ਦਾ ਤੁਹਾਡਾ ਐਤਵਾਰ ਵਾਲਾ ਦਿਨ ਸਫਲ ਹੋ ਗਿਆ, ਇਹ ਭਾਗਾਂ ਵਾਲਾ ਬਣ ਗਿਆ, ਸੁਹਾਵਣਾ ਬਣ ਗਿਆ, ਜਦੋਂ ਅਸੀਂ ਬੈਠ ਕੇ ਬਾਣੀ ਸੁਣਦੇ ਹਾਂ, ਸਰਵਣ ਕਰਦੇ ਹਾਂ, ਬਾਣੀ ਗਾਉਂਦੇ ਹਾਂ, ਪੜ੍ਹਦੇ ਹਾਂ, ਇਹਦੀ ਹਜ਼ੂਰੀ ਵਿੱਚ ਜਿੰਨਾ ਵੀ ਸਮਾਂ ਬਤੀਤ ਹੋ ਜਾਵੇ ਗੁਰੂ ਪਿਆਰਿਓ ਸਫਲਾ ਹੋ ਜਾਂਦਾ ਹੈ, ਅਤੇ ਕਿਤੇ ਕਿਣਕਾ ਮਾਤਰ ਵੀ ਸਾਡੇ ਹਿਰਦੇ ਦੇ ਵਿੱਚ ਵੱਸ ਜਾਵੇ, ਅਤੇ ਪਤਾ ਨਹੀਂ ਕਿਹੜੇ ਵੇਲੇ ਜੀਵਨ ਵਿੱਚ ਤਬਦੀਲੀ ਆ ਜਾਣੀ ਆ, ਪਲਟਾ ਆ ਜਾਣਾ ਆ, ਸਾਡਾ ਜੀਵਨ ਸਫਲ ਹੋ ਜਾਣਾ, ਅਸੀਂ ਵਿਕਾਰਾਂ ਵੱਲੋਂ ਪਾਸੇ ਨੂੰ ਹਟ ਕੇ ਸਤਿਗੁਰੂ ਜੀ ਨੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣਾ। ਇਹ ਪੂਰਵਲੇ ਕਰਮ ਹੁੰਦੇ ਨੇ, ਜਦੋਂ ਫੁੱਟ ਪੈਂਦੇ ਨੇ ਤਾਂ ਫਿਰ ਪਤਾ ਨਹੀਂ ਲੱਗਦਾ ਕਿ ਜੀਵਨ ਵਿੱਚ ਕਿਹੜੇ ਵਿੱਚ ਤਬਦੀਲੀ ਆ ਗਈ, ਕਿਹੜੇ ਵੇਲੇ ਪਲਟਾ ਆ ਗਿਆ, ਸਾਨੂੰ ਸਤਿਗੁਰੂ ਜੀ ਨੇ ਚੰਗੀ ਸੰਗਤ ਬਖਸ਼ਿਸ਼ ਕੀਤੀ, ਤਾਂ ਇਹ ਵਾਹਿਗੁਰੂ ਜੀ ਦੀਆਂ ਕਿਰਪਾ ਦੇ ਨਾਲ, ਉਹਦੀ ਰਹਿਮਤ ਦੇ ਨਾਲ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ, ਤਾਂ ਬਹੁਤ ਚੰਗੀ ਗੱਲ ਹੈ, ਸ਼ੁਕਰਾਨਾ ਮਾਲਕ ਦਾ ਕੀਤਾ ਗਿਆ ਹੈ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਗੁਰੂ ਘਰ ਦੀ ਬਖਸ਼ਿਸ਼ ਦੋਨਾਂ ਹੀ ਬੇਟੀਆਂ ਵਾਸਤੇ, ਅਸੀਂ ਪੰਜਾਬੀ ਦੀ ਕਿਤਾਬਾਂ ਲੈ ਕੇ ਆਏ ਹਾਂ, ਤੁਸੀਂ ਬਹੁਤ ਜ਼ਰੂਰੀ ਹੈ, ਮੈਂ ਬਾਅਦ 'ਚ ਵਿਚਾਰ ਕਰਾਂਗਾ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ। ਪਹਿਲਾਂ ਬੇਨਤੀ ਹੈ ਵੀ ਗੁਰਪ੍ਰੀਤ ਸਿੰਘ ਜੀ ਗੁਰੂ ਘਰ ਦੀ ਬਖਸ਼ਿਸ਼ ਭੈਣ ਜੀ ਨਾਲ ਉੱਤੋਂ ਹੀ ਆ ਜਾਣ, ਅਤੇ ਦੋਨਾਂ ਬੇਟੀਆਂ ਨੂੰ ਅਤੇ ਕਾਕਾ ਜੁਰਾਜ ਸਿੰਘ ਵਾਸਤੇ ਛੋਟਾ ਜਿਹਾ ਕੜਾ ਹੈ ਬੇਟੀਆਂ ਵਾਸਤੇ, ਨਿਤਨੇਮ ਦਾ ਗੁਟਕਾ, ਆਪ ਜੀ ਕਿਰਪਾ ਕਰਕੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਜੀ।
ਮੇਰੇ ਪਿਆਰੇ ਵੀਰ ਵੀਰਪਿੰਦਰ ਜੀ ਵੀ ਨਾਲ ਆ ਜਾਣ, ਇੱਥੇ ਖੜ੍ਹ ਜਾਓ ਤਾਂ ਆਪਾਂ ਬੇਟੇ ਨੂੰ ਜਿਹੜਾ ਕੜਾ ਹੈ ਉਹਦੇ ਹੱਥ ਵਿੱਚ ਪਾ ਦੇਣਾ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਸੋ ਫਿਰ ਆਪਾਂ ਵਿਚਾਰ ਕਰਦੇ ਹਾਂ ਜੀ। ਸਾਰਿਆਂ ਦੇ ਪੈਰਾਂ ਤੱਕ ਕਰੀ ਚੈੱਕ ਕਰਨਾ ਵਿੱਚ ਸਾਹਮਣੇ ਬੇਟਾ ਇੱਕ ਕਰਿਓ ਪਲੀਜ਼, ਇੱਕ ਵਾਰੀ ਹੋਰ ਦੇਖੋ ਜੀ। ਤੁਹਾਡੇ ਸਹਿਯੋਗ ਦੇ ਨਾਲ 40 ਪ੍ਰਕਾਸ਼ਨਾਵਾਂ ਨੇ ਫ੍ਰੀ ਛਕਵਾ ਕੇ ਵੰਡੀਆਂ ਜਾਂਦੀਆਂ ਨੇ। ਸਿੱਖ ਮਿਸ਼ਨਰੀ ਸੁਸਾਇਟੀ ਦਾ ਮਿਸ਼ਨ ਇਹ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ, ਗੁਰਬਾਣੀ ਦੇ ਨਾਲ, ਰਹਿਤ ਮਰਿਆਦਾ ਦੇ ਨਾਲ, ਆਪਣੀ ਮਾਂ ਬੋਲੀ ਪੰਜਾਬੀ ਨਾਲ ਕਿਵੇਂ ਜੋੜਨਾ। ਪੰਜਾਬੀ ਆਉਂਦੀ ਹੋਵੇਗੀ ਤਾਂ ਇਹਨਾਂ ਨੂੰ ਆਪਣੇ ਸੱਭਿਆਚਾਰ ਦਾ, ਆਪਣੇ ਕਲਚਰ ਦਾ, ਗੁਰਬਾਣੀ ਦਾ, ਰਹਿਤ ਮਰਿਆਦਾ ਦਾ, ਸਾਡੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੈ, ਅਸੀਂ ਕਿਹੜਾ ਕੰਮ ਕਰਨਾ, ਕਿਹੜਾ ਨਹੀਂ ਕਰਨਾ, ਸਾਡਾ ਕਲਚਰ ਕੀ ਹੈ। ਸੋ ਇਹ ਸਾਰਾ ਕੁਛ ਪੰਜਾਬੀ ਕਲਚਰ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਮਿਲਣਾ। ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਜਾਣਦੇ ਜੀ ਕਿਸੇ ਵੀ ਪ੍ਰਕਾਰ ਦਾ ਕੋਈ ਘਾਟਾ ਨਹੀਂ। ਵਾਹਿਗੁਰੂ ਜੀ ਨੇ ਬਹੁਤ ਸੁੱਖ ਸਹੂਲਤਾਂ ਦਿੱਤੀਆਂ, ਹਰ ਤਰ੍ਹਾਂ ਦੀ ਖਾਣ ਵਾਸਤੇ ਸਾਨੂੰ ਵਸਤੂ ਇਸ ਕੰਟਰੀ ਦੇ ਵਿੱਚ, ਕਾਰ, ਚੰਗੇ ਮੋਬਾਈਲ, ਚੰਗੇ ਲੈਪਟੋਪ, ਸੋਹਣੇ ਸੋਹਣੇ ਘਰ ਦਿੱਤੇ ਨੇ। ਤੋ ਅਸਲੀ ਪ੍ਰੋਪਰਟੀ ਸਾਡੇ ਬੱਚੇ ਨੇ। ਜੇ ਬੱਚੇ ਸਾਡੇ ਕਹਿਣ ਤੋਂ ਬਾਹਰ ਹੋ ਗਏ, ਕਿਸੇ ਹੋਰ ਸੰਗਤ ਦੇ ਵਿੱਚ ਪੈ ਗਏ, ਤਾਂ ਫਿਰ ਬਚਣਾ ਕੁਝ ਨਹੀਂ। ਇਸ ਕਰਕੇ ਜਿੱਥੇ ਹੋਰ ਬਹੁਤ ਸਾਰਾ ਕੁਝ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਹੈ, ਅਤੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਇਹ ਸਾਰੇ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਕੀਤੇ ਜਾਂਦੇ ਨੇ। ਬੱਚਾ ਜੁਰਾਜ ਸਿੰਘ ਵੱਡਾ ਹੋਵੇਗਾ, ਪਤਾ ਲੱਗੇਗਾ ਕਿ ਮੇਰਾ ਜਨਮ ਹੋਣ 'ਤੇ ਇਸ ਹਾਲ ਦੇ ਵਿੱਚ ਮਨਾਇਆ ਗਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ। ਤਾਂ ਫਿਰ ਬੱਚੇ ਸੁਭਾਵਕ ਹੀ ਚੰਗੇ ਪਾਸੇ ਲੱਗਣਗੇ, ਇਹਨਾਂ ਨੂੰ ਕੰਪਨੀ, ਸੰਗਤ ਚੰਗੀ ਮਿਲੇਗੀ, ਅਤੇ ਮਾੜੀ ਸੰਗਤ ਤੋਂ ਬਚੇ ਰਹਿਣਗੇ। ਸੋ ਇਸ ਕਰਕੇ ਇਹ ਸਾਡੀ ਪ੍ਰੋਪਰਟੀ ਹੈ, ਸਾਡੀ ਆਉਣ ਵਾਲੀ ਜਨਰੇਸ਼ਨ, ਜਿਹਨਾਂ ਨੇ ਸਿੱਖ ਕੌਮ ਦੀ ਵਾਕ ਰੋਜ਼ ਸੰਭਾਲਣੀ ਹੈ, ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਤੋਂ ਤੁਸੀਂ ਘਰ ਬੈਠਿਆਂ ਵੀ ਪੰਜਾਬੀ ਬੱਚਿਆਂ ਨੂੰ ਸਿਖਾ ਸਕਦੇ ਜੇ, ਪੜ੍ਹਨੀ, ਲਿਖਣੀ, ਬੋਲਣੀ। ਅਗਰ ਜੇ ਇੱਕ ਅੱਖਰ ਵੀ ਅਸੀਂ ਬੱਚੇ ਨੂੰ ਰੋਜ਼ ਦਾ ਸਿਖਾਉਣਾ ਸ਼ੁਰੂ ਕਰ ਦੇਈਏ, ਚੰਗਾ ਹੋਵੇ ਕਿ ਇਹਦੀ ਫੋਟੋ ਸਟੇਟ ਕਰਕੇ ਫਿਰ ਉਹਦੇ ਉੱਤੇ ਕੱਚੀ ਪੈਨਸਲ ਨਾਲ ਲਿਖਾਇਆ ਜਾਵੇ, ਅਤੇ ਮਾਤਾ ਪਿਤਾ ਵੀ ਘਰ ਸਿਖਾ ਸਕਦੇ ਨੇ। ਨਹੀਂ ਤਾਂ ਤੁਸੀਂ ਇੱਥੇ ਜਿਹੜੀਆਂ ਕਲਾਸਾਂ ਰੱਖਦੇ ਜ਼ਰੂਰ ਲੈ ਕੇ ਆਇਆ ਗੁਰੂ ਸਾਧ ਸੰਗਤ ਜੀ, ਇਹ ਬਹੁਤ ਜ਼ਰੂਰੀ ਹੈ। ਪੰਜਾਬੀ ਆਉਂਦੀ ਹੋਵੇਗੀ ਤਾਂ ਬੱਚੇ ਪਾਠ ਕਰ ਸਕਣਗੇ, ਜੇ ਪਾਠ ਕਰਨਗੇ ਤਾਂ ਚੰਗੇ ਪਾਸੇ ਲੱਗੇ ਰਹਿਣਗੇ। ਸੋ ਇਸ ਕਰਕੇ ਪੰਜਾਬੀ ਆਉਣੀ ਬਹੁਤ ਜ਼ਰੂਰੀ ਹੈ, ਇਹਨਾਂ ਕਲਾਸਾਂ ਵਿੱਚ ਜ਼ਰੂਰ ਲੈ ਕੇ ਆਇਆ ਕਰੋ। ਬੇਨਤੀ ਕਰਾਂਗਾ ਕਿ ਲਿਟਰੇਚਰ ਵੀ ਜ਼ਰੂਰ ਇੱਕ ਇੱਕ ਕਾਪੀ ਆਪਦੇ ਨਾਲ ਲੈ ਕੇ ਜਾਇਓ, ਜਿੱਥੇ ਜਿੱਥੇ ਵੀ ਤੁਸੀਂ ਕੰਮ ਕਾਰ ਕਰਦੇ ਹੋ,
ਕਿਸੇ ਕੰਪਨੀ ਵਿੱਚ, ਫੈਕਟਰੀ ਵਿੱਚ, ਜਿੱਥੇ ਤੁਹਾਡੇ ਨਾਲ ਹੋਰਨਾਂ ਧਰਮਾਂ ਦੇ ਲੋਕ ਵੀ ਕੰਮ ਕਰਦੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਧਰਮ ਕੀ ਹੈ। ਅਕਸੀ ਬਹੁਤ ਵੱਡਾ ਨਗਰ ਕੀਰਤਨ ਸਰੋਹ ਦੇ ਵਿੱਚ ਨਿਕਲਦਾ ਆ, ਇੱਥੇ ਨਿਕਲਦਾ, ਪਰ ਵਿਸਾਖੀ ਦੇ ਭਾਵ ਦਾ ਨਹੀਂ ਪਤਾ ਹੁੰਦਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਦੇਣ ਕੀ ਹੈ। ਇਹ ਸਾਰੀਆਂ ਕਿਤਾਬਾਂ ਦੇ ਵਿੱਚ ਲਿਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ 'ਤੇ ਦਸਤਾਰ ਸੀ ਕੇ ਸਜਾਉਂਦੇ ਹਾਂ। ਗੁਰਦੁਆਰੇ ਆਉਣਾ ਕਿਉਂ ਜ਼ਰੂਰੀ ਹੈ, ਖਾਲਸੇ ਪੰਥ ਦਾ ਸਾਜਨਾ ਦੀ ਵਿਸਾਖੀ ਅਸੀਂ ਕਿਉਂ ਮਨਾਉਂਦੇ ਹਾਂ, ਇਹ ਸਾਰਾ ਕੁਛ ਇਹਨਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ। ਇੱਥੋਂ ਤੱਕ ਕਿ ਚਾਰ ਲਾਵਾਂ ਦਾ ਭਾਵ ਕੀ ਹੈ ਉਹ ਵੀ ਕਿਤਾਬ ਇੱਥੇ ਪਈ ਹੈ। ਸਾਰੀਆਂ ਬੁੱਕਾਂ ਫ੍ਰੀ ਨੇ, ਜ਼ਰੂਰ ਲੈ ਕੇ ਜਾਇਓ। ਇਸ ਤੋਂ ਇਲਾਵਾ ਸਾਧ ਸੰਗਤ ਜੀ, ਤੁਸੀਂ ਇਸ ਸਥਾਨ 'ਤੇ ਕੋਈ ਪ੍ਰੋਗਰਾਮ ਕਰਵਾਉਣਾ ਹੋਵੇ, ਪਹਿਲਾ ਪ੍ਰੋਗਰਾਮ ਆਪਾਂ ਸ਼ਨੀਵਾਰ ਨੂੰ 10 ਤੋਂ 12, ਫਿਰ 4 ਤੋਂ 6, ਇਸੇ ਤਰ੍ਹਾਂ ਐਤਵਾਰ ਨੂੰ। ਹੋਰ ਸਾਡੇ ਬੱਚੇ ਜਿਹੜੇ ਇੰਡੀਆ ਤੋਂ ਆਏ ਨੇ ਸਟੂਡੈਂਟ ਵੀਜ਼ੇ 'ਤੇ, ਉਹਨਾਂ ਦੇ ਆਨੰਦ ਕਾਰਜ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੀਤੇ ਜਾਂਦੇ ਨੇ, ਜਥਾ ਸ਼ਕਤ ਭੇਟਾਂ ਲਈ ਜਾਂਦੀ ਜ਼ਿਆਦਾ ਨੇ। ਸੋ ਤੁਸੀਂ ਕੋਈ ਵੀ ਪ੍ਰੋਗਰਾਮ ਕਰਵਾਉਣਾ ਹੋਵੇ, ਵੀਰ ਗੁਰਪ੍ਰੀਤ ਸਿੰਘ ਕੋਲ ਮੇਰਾ ਨੰਬਰ ਹੈਗਾ, ਆਪ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਸਾਰੇ ਹੀ ਕਾਰਜਾਂ ਵਾਸਤੇ, ਜਿਸ ਤਰ੍ਹਾਂ ਇਹ ਹੱਥ ਬਣਿਆ, ਲਿਫਟ ਲੱਗੀ ਹੈ, ਹੋਰ ਬਹੁਤ ਸਾਰੀਆਂ ਸੇਵਾਵਾਂ ਹੋਣ ਵਾਲੀਆਂ ਨੇ, ਕਿਚਨ ਸਾਡਾ ਵੱਡਾ ਹੋਣ ਵਾਲਾ ਹੈ, ਟੋਇਲਟਾਂ ਦੀ ਸੇਵਾ ਹੋਣ ਵਾਲੀ ਹੈ, ਹਾਲਤ ਖਸਤਾ ਹੋਈ ਹੈ, ਇਹਨਾਂ ਕਾਰਜਾਂ ਵਾਸਤੇ, ਲਿਟਰੇਚਰ ਵਾਸਤੇ ਆਪਣਾ ਯੋਗਦਾਨ ਜ਼ਰੂਰ ਪਾ ਕੇ ਜਾਣਾ। ਸੋ ਅਖੀਰ ਵਿੱਚ ਵੀਰ ਗੁਰਪ੍ਰੀਤ ਸਿੰਘ ਜੀ ਵੱਲੋਂ ਜਿਤਨੇ ਵੀ ਰਿਸ਼ਤੇਦਾਰ, ਭੈਣ ਭਰਾ, ਸਾਖ ਸੰਬੰਧੀ ਇਸ ਖੁਸ਼ੀ ਦੇ ਮੌਕੇ 'ਤੇ ਪਹੁੰਚੇ ਨੇ, ਬੱਚਿਆਂ ਨੂੰ ਪਿਆਰ ਦੇਣ ਵਾਸਤੇ, ਆਸ਼ੀਰਵਾਦ ਦੇਣ ਵਾਸਤੇ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਪ੍ਰਸ਼ਾਦਾ ਪਾਣੀ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ, ਪਹਿਲਾਂ ਕੇਕ ਕੱਟਿਆ ਜਾਵੇਗਾ, ਫਿਰ ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਪ੍ਰਸ਼ਾਦਾ ਪਾਣੀ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਪੂਰਾ ਪ੍ਰੋਗਰਾਮ ਨਿਭਾਉਂਦਿਆਂ ਹੋਇਆਂ ਵੀ ਮੈਂ ਭੁਲਾ ਚੁੱਕਾਂ ਦੀ ਖਿਮਾ ਕੋਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੂੰ
ਕੱਟੀਆਂ ਵਾਵਾਂ ਪੁੱਤਰਾਂ ਲਈ ਸਦਾ ਘਰ ਨਿਭਾਵਾਂ ਲੱਗਣ ਨਾ ਇਹਨਾਂ ਨੂੰ ਕੱਟੀਆਂ ਵਾਵਾਂ ਸਾਡੀ ਉਮਰ
सभी हसरतें, सारे जहां की खुशी हो तेरी, अब तो यही आरज़ू है मेरी, एक इशारे पे तेरे मैं जा लुटा दूंगा, तेरे ख्वाबों को हकीकत मैं बना दूंगा। I wish you happy happy birthday, happy birthday, happy happy birthday to you. I wish you happy happy birthday, happy birthday, happy happy birthday to you. I wish you happy happy birthday, happy birthday, happy happy birthday to you. I wish you happy happy birthday, happy birthday, happy happy birthday to you. गिफ्ट लाए मगर तोहफा मोहब्बत का लाया हूँ मैं, हर लम्हा मैं साथ दूंगा तेरा, साया तेरा बनके आया हूँ मैं, दर्द की कोई लहर तुझे छू न पाएगी, कोई आफत भी जो आए लौट जाएगी। I wish you happy happy birthday, happy birthday, happy happy birthday to you. I wish you happy happy birthday, happy birthday, happy happy birthday to you. I wish you happy happy birthday, happy birthday, happy happy birthday to you. I wish you happy happy birthday, happy birthday, happy happy birthday to you. Happy birthday to you. ਸਾਡਾ ਕੱਲ ਕੋਈ ਨੀ, ਅਸੀਂ ਅੱਜ ਦੇ ਆ, ਦੂਜੇ ਨੂੰ ਰਜਾ ਕੇ ਰੱਜਦੇ ਆ, ਅਸੀਂ ਖੜੇ ਖੜੋਤੇ ਪਾਣੀ ਨੀ, ਦਰਿਆਵਾਂ ਵਾਂਗੂ ਵਗਦੇ ਆ, ਢਿੱਡ ਭਰਨੇ ਜੋਗੀ ਮਿਲ ਜਾਂਦੀ, ਸ਼ੁਕਰਾਂ ਵਿੱਚ ਰਹਿੰਦੇ ਆ, ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ, ਮੈਂ ਫੁੱਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ, ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ, ਮੈਂ ਫੁੱਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ, ਸ਼ਬਦਾਂ ਦੀ ਖੇਡ ਸੱਜਣਾ, ਤੋਲੇ ਬਿਨ ਬੋਲੇ ਨੀ, ਖੁਸ਼ੀਆਂ ਹੀ ਵੰਡੀਆਂ ਨੇ
ਕਦੇ ਦਰਦ ਫਰੋਲੇ ਨੀ ਹਾਸਿਆਂ ਚੋਂ ਲੱਭਦੇ ਆ ਜ਼ਿੰਦਗੀ ਦੇ ਰਾਹ ਸੱਜਣਾ ਜਿਉਂਦੇ ਜੀ ਦੁਨੀਆ ਦੇ ਮੁੱਕਣੇ ਕਦੇ ਰੌਲੇ ਨੀ ਜੱਫੀਆਂ ਨੂੰ ਜੱਫੀਆਂ ਨੇ ਟੱਕਰਾਂ ਨਾਲ ਖੇਨੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮਹਿਫਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਸੁਪਨਿਆਂ ਬਿਨ ਜ਼ਿੰਦਗੀ ਸੋਹਣੀ ਨਹੀਂ ਮੰਨਿਆ ਦੁਨੀਆਂ ਜਿੱਤ ਹੋਣੀ ਨਹੀਂ ਸਿੱਖਿਆ ਏ ਫਤਿਹ ਨੇ ਇੰਨਾ ਹੀ ਮਰ ਮਰ ਕੇ ਉਮਰ ਲੰਘਾਉਣੀ ਨਹੀਂ ਜੋ ਲੰਘ ਗਈ ਮੁੜ ਕੇ ਆਉਣੀ ਨਹੀਂ ਜ਼ਿੰਦਗੀ ਕੀ ਸ਼ੈ ਆ ਜਾਣ ਲਈ ਇਹ ਸਾਸੇ ਵਿੱਚ ਤੇ ਆਉਣੀ ਨਹੀਂ ਸਾਸੇ ਵਿੱਚ ਤੇ ਆਉਣੀ ਨਹੀਂ ਦਿਲ ਤੋਂ ਹੀ ਸੁਣਦੇ ਆ ਦਿਲ ਤੋਂ ਹੀ ਕਹਿੰਦੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮਹਿਫਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਦਿਲ ਤਰਦਾ ਰਹਿੰਦਾ ਏ ਸਾਗਰ ਵਿੱਚ ਫੁੱਲ ਵਾਂਗੂ ਅਸੀਂ ਸੱਜਣ ਰੱਖੇ ਆ ਕਿਸੇ ਮਹਿੰਗੇ ਮੁੱਲ ਵਾਂਗੂ ਡੁੱਬਦੇ ਲਈ ਬੇੜੇ ਆ ਸਦਾ ਬਾਹਾਂ ਕੱਢੀਆਂ ਨੇ ਲੋਕੀ ਕੀ ਆਖਣਗੇ ਅਸੀਂ ਰੱਬ ਤੇ ਛੱਡੀਆਂ ਨੇ ਹੈ ਖੁਸ਼ੀ ਗਮੀ ਜੋ ਵੀ ਰਲ ਮਿਲ ਕੇ ਸਹਿਨੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮਹਿਫਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਜਿੰਨਾ ਕਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ ਗੱਲਾਂ ਹੀ ਗੀਤ ਰਕਾਨੇ ਮਹਿਫਿਲ ਸੱਦ ਲੈਨੇ ਆ ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ ਬੰਨ ਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ ਜਦ ਮਰਜ਼ੀ ਦੇਖ ਲਈ ਆ ਕੇ ਹੱਸਦੇ ਹੀ ਰਹਿੰਦੇ ਆ Thank you.
ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ ਜਾਂ ਤਾਂ ਗਲ ਲੱਗ ਜਾਂਦੇ ਆ ਜਾਂ ਫਿਰ ਗਲ ਪੈਂਦੇ ਆ ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ ਬੇਰਹਿਨਾ ਕਿਰਿਆ ਯਾਰਾਂ ਨਾਲ ਜਾਉਣ ਜੋਗਿਆ ਸਾਨੂੰ ਮਿਲਿਆ ਨੂੰ ਪੂਰਾ ਵੀਕ ਹੋ ਗਿਆ ਰਹਿਨਾ ਕਿਰਿਆ ਯਾਰਾਂ ਨਾਲ ਜਾਉਣ ਜੋਗਿਆ ਸਾਨੂੰ ਮਿਲਿਆ ਨੂੰ ਪੂਰਾ ਵੀਕ ਹੋ ਗਿਆ ਤੂੰ ਚੰਦ ਬਣ ਕੇ ਮਿਲਿਆ ਮੈਨੂੰ ਤਾਰੇ ਫੜਦੀ ਨੂੰ ਜੱਟਾ ਜਿਉਂਦੀ ਰਹਿਣ ਦੇ ਮੀ ਤੇਰੇ ਤੇ ਮਰਦੀ ਨੂੰ ਮੇਰਾ ਮੱਚ ਬਫਾਵਾਂ ਡੋਲੀਆਂ ਬਫਾਵਾਂ ਡੋਲੀਆਂ ਵੇ ਜਿੱਥੋਂ ਲੰਘਣਾ ਹੁੰਦਾ ਸੀ ਤੇਰੀ ਕਾਰ ਨੇ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੁਟਿਆਰ ਨੇ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੁਟਿਆਰ ਨੇ ਰਹਿੰਦਾ ਚਮਕਾਉਣਾ ਨੇ ਤੇ ਅਸਲੇ ਨੂੰ ਸੋਹਣਿਆ ਬੇ ਕਿੱਥੇ ਲੈ ਕੇ ਜਾਵੇ ਜੱਟੀ ਮਸਲੇ ਨੂੰ ਸੋਹਣਿਆ ਟੈਮ ਤੇਰਾ ਚਾਹੀਦਾ ਨਿਸ਼ਾਨੀਆਂ ਨੂੰ ਰਹਿਣ ਦੇ ਮੈਂ ਵੀ ਨੀ ਗਲੇ ਚ ਪਾਉਣੀ ਤੇਰੀ ਦਿੱਤੀ ਚੈਨ ਵੇ ਇਗਨੋਰ ਨਾ ਕਰਿਆ ਕਰ ਮੈਨੂੰ ਮਿੰਨਤਾਂ ਕਰਦੀ ਨੂੰ ਮੈਨੂੰ ਜਿਉਂਦੀ ਰਹਿਣ ਦਈ ਤੇਰੇ ਤੇ ਮਰਦੀ ਨੂੰ ਮੈਂ ਕੀਆਂ ਦੀ ਹੋ ਗਈ ਚੋਬਰਾ ਬੇ ਸਾਲ ਰਹਿੰਦੇ ਜਿਹੜੇ ਤੇਰੇ ਨਾਲ ਗੁਜ਼ਾਰ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੁਟਿਆਰ ਨੇ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੁਟਿਆਰ ਨੇ ਬੇਗਾਨੀ ਨਾ ਕਰ ਦਈ ਮੈਨੂੰ ਹੱਕ ਨਾ ਲੜਦੀ ਨੂੰ ਜੱਟਾ ਜਿਉਂਦੀ ਰਹਿਣ ਦਈ ਤੇਰੇ ਤੇ ਮਰਦੀ ਨੂੰ ਬੇਟਾ ਪੁਰ ਹੁੰਦੀ ਸੀ ਵਿੱਚ ਦੀ ਹੁੰਦੀ ਸੀ ਵਿੱਚ ਦੀ ਮੈਂ ਝੱਲੀ ਝੱਲਿਆ ਬਣਾਤੀ ਤੇਰੇ ਪਿਆਰ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੁਟਿਆਰ ਨੇ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੁਟਿਆਰ ਨੇ
ਲੋਕਾਂ ਦੇ ਨਵੇੜਦਾ ਏ ਨਿੱਤ ਵੇ ਮੇਰਾ ਵੀ ਨਵੇੜ ਰੌਲਾ ਪਿਆਰ ਵਾਲਾ ਇੱਕ ਵੇ ਮੱਜਿਸ ਤੇ ਕਰੋਬ ਨਾਲ ਸੋਲ ਕੁੜੀ ਪੱਟਦੀ ਵੇ ਫਤੇ 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 ਫਿਰਦੀਆਂ ਰੱਟਦੀ ਤੇਰੇ ਹੱਥ ਸਭ ਕੁਝ ਐ ਸੁਣ ਛੰਨਾ ਵਾਲਿਆ ਵੇ ਗਲਤੀ ਏ ਤਾਂ ਦੱਸ ਦੇ ਮੈਂ ਤੈਨੂੰ ਚਾ ਲਿਆ ਵੇ ਥੋੜਾ ਜਿਹਾ ਤੇਰਾ ਟਾਈਮ ਮੰਗਦੀ ਟਾਈਮ ਮੰਗਦੀ ਭਾਵੇਂ ਮੇਰੇ ਤੋਂ ਪਿਆਰ ਏ ਤੈਨੂੰ ਯਾਰ ਨੇ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੋਟੇ ਯਾਰ ਨੇ ਸਿਗੜਾ ਤੇਰਾ ਪਹਿਲਾ ਵੇ ਸੱਤ ਵਾਰੀ ਤੱਕਿਆ ਸ਼ੀਸ਼ਾ ਸੀ ਮੋਟੇ ਯਾਰ ਨੇ ਵਾਈਬ ਤੇਰੀ ਮੇਰੀ ਮਿਲਦੀ ਜੋੜੀ ਤੇਰੀ ਮੇਰੀ ਮੱਖਣੀ ਮਲਾਈਆ ਨੀ ਤੂੰ ਲੇਖਾਂ ਵਿੱਚ ਜੱਟ ਨੇ ਲਿਖਾਈਆਂ ਜੋੜੀ ਤੇਰੀ ਮੇਰੀ ਮੱਖਣੀ ਮਲਾਈਆ ਨੀ ਤੂੰ ਲੇਖਾਂ ਵਿੱਚ ਜੱਟ ਨੇ ਲਿਖਾਈਆਂ ਨਾਮ ਮਿੱਤਰਾਂ ਦਾ ਚੱਲੇ ਅੱਜ ਪੀਕ ਤੇ ਤੇਰਾ ਹੁਸਨ ਵਿਠਾਲ ਦਾ ਤਬਾਈਆ ਮੁੰਡਾ ਅੱਲੜਾਂ ਦੀ ਰੀਝ ਵਰਗਾ ਤੂੰ ਕਿਸੇ ਆਸ਼
ਇੱਕ ਦੇ ਖਾਬ ਵਰਗੀ ਸੋਹਣਾ ਗੱਭਰੂ ਗੁਲਾਬ ਵਰਗਾ ਤੂੰ ਰੋਜ਼ ਰੰਗੀਏ ਸ਼ਰਾਬ ਵਰਗੀ ਉਹ ਤੇਰਾ ਮੁੱਖੜਾ ਲਾਹੌਰ ਵਰਗਾ ਸਾਡੀ ਟੌਰਿਆ ਪੰਜਾਬ ਵਰਗੀ ਗੱਭਰੂ ਗੁਲਾਬ ਵਰਗਾ ਤੂੰ ਰੋਜ਼ ਰੰਗੀਏ ਸ਼ਰਾਬ ਵਰਗੀ ਕਲਾ ਚੜ੍ਹਦੀ ਦੀ ਫਤਿਹ ਵਰਗਾ ਤੂੰ ਪਹਿਲੀ ਵਾਰ ਦੀ ਅਦਾਬ ਵਰਗੀ ਸੋਹਣਾ ਗੱਭਰੂ ਗੁਲਾਬ ਵਰਗਾ ਤੂੰ ਰੋਜ਼ ਰੰਗੀਏ ਸ਼ਰਾਬ ਵਰਗੀ ਉਹ ਤੇਰਾ ਵਰਗੀ ਆ ਗੱਭਰੂ ਗਲਾ